ਪਹਿਲਾਂ ਆਪਣਾ ਬਰਾਊਜ਼ਰ ਓਪਨ ਕਰਕੇ ਉੱਥੇ ਤੁਸੀਂ ਰਿਮੂਵ ਬੀਜੀ ਸਰਚ ਕਰ ਲੈਣਾ ਗੂਗਲ ਦੇ ਵਿੱਚ, ਜਿਹੜਾ ਪਹਿਲਾ ਲਿੰਕ ਆਊਗਾ ਉਹਨੂੰ ਓਪਨ ਕਰ ਲੈਣਾ। ਉੱਥੇ ਤੁਸੀਂ ਜੋ ਵੀ ਆਪਣੀ ਫੋਟੋ ਨੂੰ ਲੋਗੋ ਦੇ ਵਿੱਚ ਬਦਲਣਾ ਉਹਨੂੰ ਅਪਲੋਡ ਕਰ ਲਿਓ। ਮੈਂ ਫੋਟੋ ਚੂਜ਼ ਕੀਤੀ ਹੈ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ, ਜੋ ਵੀ ਤੁਹਾਨੂੰ ਪਿੱਕ ਵਧੀਆ ਲੱਗਦੀ ਤੁਸੀਂ ਉਹਨੂੰ ਅਪਲੋਡ ਕਰ ਲਓ। ਅਪਲੋਡ ਹੋਣ ਤੋਂ ਬਾਅਦ ਪਿੱਕ ਇੱਦਾਂ ਆ ਜੂਗੀ ਅਤੇ ਤੁਸੀਂ ਉਹਨੂੰ ਡਾਊਨਲੋਡ ਕਰ ਲੈਣਾ, ਇੱਕ PNG ਫਾਈਲ 'ਚ ਬਣ ਜੂਗੀ। ਫਿਰ ਉਸ ਤੋਂ ਬਾਅਦ ਤੁਸੀਂ ਪਿਕਸਆਰਟ ਚਲੇ ਜਾਣਾ ਵਾ, ਉੱਥੇ ਤੁਸੀਂ ਇੱਕ ਕੈਨਵਸ ਚੂਜ਼ ਕਰ ਲੈਣਾ ਵਾ ਜਿਹਦਾ ਸਾਈਜ਼ ਉੱਪਰ ਮੈਨਸ਼ਨ ਕੀਤਾ ਹੋਇਆ ਵਾ 2560x2560 ਦਾ, ਉਹਨੂੰ ਚੂਜ਼ ਕਰ ਲੈਣਾ ਤੁਸੀਂ। ਫਿਰ ਤੁਸੀਂ ਇੱਕ ਡਰਾ ਕਰਨੀ ਹੈ ਚੀਜ਼, ਤੁਸੀਂ ਫਿੱਲ ਚੂਜ਼ ਕਰਨਾ ਵਾ ਸਰਕੂਲਰ ਗੋਲ ਟਾਈਪ, ਅਤੇ ਕਲਰ ਚੂਜ਼ ਕਰ ਲੈਣਾ ਜੋ ਵੀ ਤੁਹਾਨੂੰ ਸਹੀ ਲੱਗਦਾ ਵਾ, ਬੈਕਗਰਾਊਂਡ ਉਹ ਤੁਸੀਂ ਆਪਣੇ ਅਕੋਰਡਿੰਗ ਚੂਜ਼ ਕਰ ਲਿਓ। ਫਿਰ ਤੁਸੀਂ ਇੱਕ ਵੱਡਾ ਸਰਕੂਲਰ ਬਣਾ ਲੈਣਾ ਵਾ ਜਿਹਦੇ ਵਿੱਚ ਉੱਪਰ ਵੀ ਸਪੇਸ ਹੋਵੇ ਅਤੇ ਨੀਚੇ ਵੀ, ਅਤੇ ਵਿਚਾਲੇ ਸੈਂਟਰ 'ਤੇ ਕਰ ਲੈਣਾ ਉਹਨੂੰ ਜਮ੍ਹਾਂ। ਇਸ ਤੋਂ ਬਾਅਦ 'ਚ ਇਸ ਨੂੰ ਕਰਨ ਤੋਂ ਬਾਅਦ ਨੈਕਸਟ ਸਟੈਪ ਆ, ਤੁਸੀਂ ਇਹਨੂੰ ਸੇਵ ਕਰ ਲੈਣਾ ਵਾ, ਐਡਿਟ ਇਮੇਜ 'ਤੇ ਓਕੇ ਕਰ ਦੇਣਾ ਵਾ। ਆਫਟਰ ਦੈਟ ਤੁਸੀਂ ਜਾਣਾ ਵਾ ਐਡ ਫੋਟੋ 'ਤੇ, ਜਿਹੜੀ ਆਪਾਂ ਫੋਟੋ PNG 'ਚ ਕਨਵਰਟ ਕੀਤੀ ਉਹਨੂੰ ਤੁਸੀਂ ਐਡ ਕਰ ਲੈਣਾ ਵਾ। ਇਹਨੂੰ ਤੁਸੀਂ ਆਪਣੀ ਸੈਟਿੰਗ ਦੇ ਮੁਤਾਬਿਕ ਸੈਂਟਰ ਦੇ ਵਿੱਚ ਕਰ ਲਿਓ। ਇਸ ਨੂੰ ਸੈਂਟਰ ਤੋਂ ਕਰਨ ਦੇ ਬਾਅਦ ਤੁਹਾਨੂੰ ਨੀਚੇ ਰੇਜ਼ ਦਾ ਬਟਨ ਦਿਖ ਰਿਹਾ ਹੋਊਗਾ, ਅਤੇ ਰੇਜ਼ ਕਰ ਦੇਣਾ ਤੁਸੀਂ ਹਾਰਡਨੈਸ 100% ਕਰਕੇ, ਅਤੇ ਜਿਹੜਾ ਹਿੱਸਾ ਇਹ ਸਰਕੂਲਰ ਤੋਂ ਬਾਹਰ ਜਾ ਰਿਹਾ ਉਹ ਥੋੜ੍ਹਾ ਥੋੜ੍ਹਾ ਤੁਸੀਂ ਰੇਜ਼ ਕਰ ਦੇਣਾ ਵਾ। ਇਹਨੂੰ ਪਰਫੈਕਟਲੀ ਜਮ੍ਹਾਂ ਰੇਜ਼ ਕਰਨ ਦੀ ਲੋੜ ਨਹੀਂ, ਤੁਸੀਂ ਥੋੜ੍ਹਾ ਥੋੜ੍ਹਾ ਕਰ ਦਿਓ, ਕਿਉਂਕਿ ਆਪਾਂ ਇਹਦੇ 'ਤੇ ਇੱਕ ਬੋਰਡਰ ਲਾਵਾਂਗੇ ਜਿਹੜਾ ਇਹ ਤੁਹਾਡਾ ਐਰਰਸ ਹੋਣਗੇ ਥੋੜ੍ਹੇ ਬਹੁਤ ਉਹਨਾਂ ਨੂੰ ਕਲੀਅਰ ਸਹੀ ਕਵਰ ਕਰ ਲੂਗਾ। ਸੋ ਇੱਦਾਂ ਦੇਖ ਰਹੇ ਹੋ ਤੁਸੀਂ, ਇਹਨੂੰ ਕਰਨ ਤੋਂ ਬਾਅਦ 'ਚ ਆਪਾਂ ਅੱਗੇ ਇੱਕ ਸ਼ੇਪ ਹੋਰ ਐਡ ਕਰਾਂਗੇ। ਓਕੇ, ਸੋ ਇਸ ਤੋਂ ਹੁਣ ਤੁਸੀਂ ਇਹਨੂੰ ਇਸ ਤੋਂ ਬਾਅਦ ਆਪਾਂ ਇਹਦੇ ਇਫੈਕਟਸ ਦੇ ਵਿੱਚ ਆਰਟਿਸਟਿਕ 'ਤੇ ਜਾ ਕੇ ਆਇਲ ਪੇਂਟਿੰਗ ਨੂੰ ਚੂਜ਼ ਕਰਨਾ। ਤੁਸੀਂ ਫੇਡ ਨੂੰ ਆਪਣੇ ਅਕੋਰਡਿੰਗ ਸੈੱਟ ਕਰ ਸਕਦੇ ਹੋ ਜਿੰਨਾ ਵੀ ਤੁਹਾਨੂੰ ਸਹੀ ਲੱਗਦਾ ਵਾ। ਇਹ ਨੈਚੁਰਲ ਕਾਰਟੂਨ ਫੋਟੋ ਹੋਣੀ ਚਾਹੀਦੀ ਆ। ਇਸ ਤੋਂ ਬਾਅਦ 'ਚ ਤੁਸੀਂ ਇਹਨੂੰ ਸੇਵ ਕਰ ਦੇਣਾ ਵਾ। ਨੈਕਸਟ ਸਟੈਪ ਆਪਾਂ ਫਿਰ ਉੱਥੇ ਹੀ ਜਾਣਾ ਵਾ ਡਰਾ ਦੇ ਵਿੱਚ, ਅਤੇ ਡਰਾ ਦੇ ਵਿੱਚ ਇੱਕ ਆਪਾਂ ਫਿਰ ਹੁਣ ਪਹਿਲਾਂ ਫਿਲ ਸਟਰੋਕ ਫਿਲ ਯੂਜ਼ ਕੀਤਾ ਸੀ, ਹੁਣ ਸਟਰੋਕ ਯੂਜ਼ ਕਰਾਂਗੇ, ਅਤੇ ਥਿਕਨੈਸ 20% ਕਰ ਲੈਣੀ ਪੂਰੀ, ਅਤੇ ਇੱਕ ਫਿਰ ਸਰਕੂਲਰ ਇਹਦੇ ਉੱਪਰ ਐਡਜਸਟ ਕਰ ਦੇਣਾ ਵਾ। ਜਿੱਥੇ ਤੁਹਾਨੂੰ ਸਹੀ ਲੱਗਦਾ ਵਾ ਉੱਥੇ ਇਹਨੂੰ ਐਡਜਸਟ ਕਰ ਦਿਓ, ਜਿੱਥੇ ਵੀ ਤੁਹਾਨੂੰ ਸਹੀ ਲੱਗਦਾ ਵਾ। ਮਤਲਬ ਕਿ ਇਹ ਜੋ ਆਪਣਾ ਯੈਲੋ ਕਲਰ ਦਾ ਸਰਕੂਲਰ ਆ ਉਹਨੂੰ ਕਵਰ ਕਰਦਾ ਹੋਵੇ, ਬਸ ਹੁਣ ਨਹੀਂ ਕਰਨਾ ਵਾ। ਜਿੱਦਾਂ ਤੁਸੀਂ ਦੇਖ ਸਕਦੇ ਹੋ ਥੋੜ੍ਹਾ ਇਹਨੂੰ ਟਾਈਮ ਲੱਗਦਾ ਵਾ ਐਡਜਸਟ ਕਰਨ 'ਤੇ, ਤਾਂ ਤੁਸੀਂ ਇਹਨੂੰ ਪਰਫੈਕਟਲੀ ਐਡਜਸਟ ਕਰ ਲਿਓ। ਨੀਚੇ ਤੁਸੀਂ ਇੱਕ ਬ੍ਰੱਸ਼ ਦਾ ਬ੍ਰੱਸ਼ ਦੇਖ ਰਹੇ ਹੋ ਨੀਚੇ, ਨਾਲ ਹੀ ਉਹਦੇ ਕਲਰ ਆ। ਜੇ ਤੁਹਾਨੂੰ ਬਲੈਕ ਸਹੀ ਲੱਗਦਾ ਤਾਂ ਤੁਸੀਂ ਇਹ ਸਰ ਜਿਹੜਾ ਬੋਰਡਰ ਹੈ ਇਹਨੂੰ ਬਲੈਕ ਚੂਜ਼ ਕਰ ਸਕਦੇ ਹੋ, ਜੇ ਤੁਹਾਨੂੰ ਕੋਈ ਹੋਰ ਬੋਰਡਰ ਸਹੀ ਲੱਗਦਾ ਤੁਸੀਂ ਉਹਨੂੰ ਚੂਜ਼ ਕਰ ਸਕਦੇ ਹੋ। ਜਿੱਦਾਂ ਤੁਸੀਂ ਦੇਖ ਸਕਦੇ ਹੋ ਥੋੜ੍ਹਾ ਜਿਹਾ ਉੱਪਰੋਂ ਫਰਕ ਲੱਗਦਾ ਵਾ, ਤਾਂ ਆਪਾਂ ਉਹਨੂੰ ਵੀ ਸੈੱਟ ਕਰ ਲੈਂਦੇ ਹਾਂ। ਹੁਣ ਥੋੜ੍ਹਾ ਜਿਹਾ ਠੀਕ ਆ। ਓਕੇ, ਤੋ ਜੋ ਆਪਣੇ ਫੇਸ 'ਤੇ ਥੋੜ੍ਹਾ ਜਿਹਾ ਆ ਰਿਹਾ ਬੋਰਡਰ ਉਹਨੂੰ ਤੁਸੀਂ ਇੱਧਰ ਰੇਜ਼ ਨੂੰ ਚੂਜ਼ ਕਰਕੇ ਜਿਹੜੇ ਸਾਈਜ਼ ਨੂੰ ਥੋੜ੍ਹਾ ਜਿਹਾ ਵਧਾ ਲਿਓ, ਠੀਕ ਹੈ। ਅਤੇ ਇਹ ਫੇਸ 'ਤੇ ਇੱਥੋਂ ਆਪਾਂ ਇਹਨੂੰ ਥੋੜ੍ਹਾ ਜਿਹਾ ਡਿਲੀਟ ਕਰ ਦਾਂਗੇ, ਰਿਮੂਵ ਕਰ ਦਾਂਗੇ। ਜੇ ਥੋੜ੍ਹਾ ਜਿਹਾ ਗਲਤ ਹੁੰਦਾ ਤਾਂ ਤੁਸੀਂ ਇਹਨੂੰ ਫਿਰ ਰਿਵਰਸ ਕਰ ਸਕਦੇ ਹੋ, ਅਨਡੂ ਕਰਕੇ ਇਹਨੂੰ ਫਿਰ ਆਪਣੇ ਐਰਰ ਨੂੰ ਸਹੀ ਕਰ ਸਕਦੇ ਹੋ, ਠੀਕ ਹੈ। ਓਕੇ, ਤੁਸੀਂ ਹੋਰ ਵੀ ਜ਼ਿਆਦਾ ਜ਼ੂਮ ਕਰਕੇ ਡੀਪਲੀ ਜਾ ਕੇ ਇਹਨੂੰ ਰਿਮੂਵ ਕਰ ਸਕਦੇ ਹੋ। ਠੀਕ ਹੈ, ਸੋ ਨੈਕਸਟ ਆਪਾਂ ਇਹਨੂੰ ਇੱਦਾਂ ਫਿਰ ਇਫੈਕਟਸ ਦੇ ਵਿੱਚ ਚਲੇ ਜਾਣਾ ਵਾ। ਉੱਥੇ ਤੁਹਾਨੂੰ ਸਕੈਚ ਲਿਖਣ ਨੂੰ ਮਿਲ ਜੂਗੇ, ਅਤੇ ਫਸਟ ਆਪਸ਼ਨ ਹੈ ਤੁਹਾਡਾ ਟਾਈਮ ਲੈਂਦੀ ਆ, ਮੇਕ ਸ਼ੋਰ ਤੁਹਾਡਾ ਇੰਟਰਨੈਟ ਔਨ ਹੋਵੇ ਅਤੇ ਛੇਤੀ ਉੱਠੋ, ਠੀਕ ਹੈ। ਅਤੇ ਸਕੈਚ 'ਤੇ ਦੁਬਾਰਾ ਕਲਿੱਕ ਕਰੋਗੇ ਤਾਂ ਜਿਹੜੀ ਹੋਰੀਜੈਂਟਲ ਆ ਉਹਨੂੰ ਤੁਸੀਂ 0 point 'ਤੇ ਲੈ ਜਾਣਾ ਵਾ, ਜਿੱਦਾਂ ਕਿ 0 'ਤੇ ਚਲੀ ਗਈ ਹੈ। ਅਤੇ ਨੀਚੇ ਤੁਹਾਨੂੰ ਕਲਰਸ ਦਿਖ ਰਹੇ, ਤੁਸੀਂ ਬਲੈਕ ਚੂਜ਼ ਕਰ ਸਕਦੇ ਆ, ਜੋ ਵੀ ਤੁਹਾਨੂੰ ਕਲਰ ਸਹੀ ਲੱਗਦਾ ਵਾ ਤੁਸੀਂ ਆਪਦੀ ਫੋਟੋ ਦੇ ਅਕੋਰਡਿੰਗ ਚੂਜ਼ ਕਰ ਲਿਓ, ਠੀਕ ਹੈ। ਇੱਕ ਮੈਂ ਜਸਟ ਫੋਟੋ ਚੁੱਕੀ ਆ, ਇਹਦਾ ਕੋਈ ਕੰਟਰਾਸਟ ਜ਼ਿਆਦਾ ਬਣਦਾ ਨਹੀਂ ਪਿਆ ਵਾ। ਤੁਹਾਨੂੰ ਜੋ ਵੀ ਕਲਰ ਸਹੀ ਲੱਗਦਾ ਤੁਸੀਂ ਉਹ ਚੂਜ਼ ਕਰ ਲਿਓ, ਇੱਦਾਂ ਤੁਹਾਡੀ ਇਹ ਫੋਟੋ ਹੋ ਜੂਗੀ। ਇਹਨੂੰ ਸੇਵ ਕਰੋਗੇ ਤਾਂ ਇੱਦਾਂ ਪਹਿਲਾਂ ਐਡਵਰਟੀਜ਼ਮੈਂਟ ਹੋ ਗਈ, ਫਿਰ ਸੇਵ ਕਰੋਗੇ, ਫਿਰ ਨੀਚੇ ਸੇਵ, ਫਿਰ ਇਹਨੂੰ ਕ੍ਰੋਸ ਦਾ ਸਾਈਨ ਅਪ ਗਏ,
ਇਹ ਫੋਟੋ ਨੂੰ ਯੂਜ਼ ਕਰ ਸਕਦੇ ਆਪਣੇ ਇੰਸਟਾਗ੍ਰਾਮ ਜਿੱਥੇ ਵੀ ਮਰਜ਼ੀ ਡੀ ਪੀ ਲਾ ਸਕਦੇ ਦੇਖ ਸਕਦੇ ਫੋਟੋ ਇੱਦਾਂ ਮੰਨ ਠੀਕ ਥੈਂਕ ਯੂ।